ਨਮਸਕਾਰ ਦੋਸਤੋ ਅੱਜ ਜਿਸ ਵਿਸ਼ਾ ਦੇ ਬਾਰੇ ਅਸੀਂ ਗੱਲ ਕਰਨ ਜਾ ਰਹੇ ਹਾਂ ਉਹ ਹੈ ਨੈਨੀ ਇੰਟਰਵਿਊ ਕੁਐਸਚਨ ਦੇ ਬਾਰੇ ਤਾਂ ਨੈਨੀ ਇੰਟਰਵਿਊ ਦੇ ਜੇ ਤੁਸੀਂ ਪ੍ਰੈਪਰੇਸ਼ਨ ਕਰ ਰਹੇ ਹੋ ਤੇ ਉਸ ਦੇ ਵਿੱਚ ਕਿਹੜੇ-ਕਿਹੜੇ ਸਵਾਲ ਆ ਤੁਹਾਨੂੰ ਪੁੱਛੇ ਜਾ ਸਕਦੇ ਨੇ ਤੇ ਖਾਸ ਕਰਕੇ ਜੇ ਵੀਡੀਓ ਇਹ ਵੀਡੀਓ ਤੁਹਾਡੇ ਲਈ ਹੈ ਜੇ ਤੁਸੀਂ ਮੈਰਿਡ ਹੋ ਤਾਂ ਤਾਂ ਸਭ ਤੋਂ ਪਹਿਲਾਂ ਅਸੀਂ ਸ਼ੁਰੂ ਕਰਦੇ ਹਾਂ ਜਿਹੜਾ ਪੁੱਛੇ ਜਾਣ ਵਾਲਾ ਆਮ ਸਵਾਲ ਹੈ ਉਹ ਹੈਗਾ ਕਿ ਜਿਸ ਬੱਚੇ ਦੀ ਕੇਅਰ ਦੇ ਲਈ ਤੁਸੀਂ ਜਾ ਰਹੇ ਹੋ ਜਾਂ ਜਿਹਨਾਂ ਬੱਚਿਆਂ ਦੀ ਕੇਅਰ ਕਰਨ ਦੇ ਲਈ ਤੁਸੀਂ ਜਾ ਰਹੇ ਹੋ ਤੁਹਾਨੂੰ ਉਹਨਾਂ ਦੇ ਬਾਰੇ ਕੁਝ ਪਤਾ ਹੈ ਉਹ ਕਿੰਨੇ ਸਾਲ ਦੇ ਨੇ ਉਹਨਾਂ ਦੇ ਉਹਨਾਂ ਦੀ ਉਮਰ ਜਿਹੜੀ ਆ ਉਹ ਕਿੰਨੀ ਹੈ ਸੈਕੰਡ ਕੁਐਸਚਨ ਹੈ ਵਟ ਡੂ ਯੂ ਅੰਡਰਸਟੈਂਡ ਬਾਈ ਦ ਟਰਮ ਲਾਈਵ ਇਨ ਕੇਅਰ ਆਰ ਯੂ ਰੈਡੀ ਟੂ ਲਿਵ ਇਨ ਅ ਸਟ੍ਰੇਂਜਰ ਹਾਊਸ ਵਿਦਾਊਟ ਨੋਇੰਗ ਐਨੀਥਿੰਗ ਅਬਾਊਟ ਦ ਫੈਮਿਲੀ ਐਂਡ ਥੇਅਰ ਹੈਬਿਟਸ ਐਕਸਪੈਕਟ ਥੇਅਰ ਐਡਰੈਸ ਦ ਫੋਨ ਨੰਬਰ ਯਾਨੀ ਕਿ ਜਿਸ ਘਰ ਦੇ ਵਿੱਚ ਤੁਸੀਂ ਰਹਿਣ ਜਾ ਰਹੇ ਉਸ ਦਾ ਫੋਨ ਨੰਬਰ ਤੇ ਐਡਰੈਸ ਤੁਹਾਨੂੰ ਪਤਾ ਹੈ ਤੇ ਤੁਸੀਂ ਉਸ ਦੇ ਘਰ ਵਿੱਚ ਰਹਿਣ ਲਈ ਤਿਆਰ ਹੋ ਤੁਹਾਨੂੰ ਉਸ ਤੋਂ ਜ਼ਿਆਦਾ ਤੁਹਾਨੂੰ ਉਸ ਦੇ ਬਾਰੇ ਕੁਝ ਵਿੱਚ ਉਸ ਦੇ ਬਾਰੇ ਵਿੱਚ ਕੁਝ ਨਹੀਂ ਪਤਾ 3rd ਕੁਐਸਚਨ ਹੈ ਹੈਵ ਯੂ ਐਨੀ ਐਕਸਪੀਰੀਅੰਸ ਆਫ ਡੂਇੰਗ ਇਟ ਇਨ ਇੰਡੀਆ ਜੇ ਤੁਸੀਂ ਪਹਿਲਾਂ ਕਦੀ ਕੋਈ ਨੈਨੀ ਦੀ ਜੌਬ ਕੀਤੀ ਹੈ ਤਾਂ ਤੁਹਾਨੂੰ ਕੋਈ ਇੰਡੀਆ ਦੇ ਵਿੱਚ ਇਸ ਤਰ੍ਹਾਂ ਦਾ ਕੋਈ ਐਕਸਪੀਰੀਅੰਸ ਰਿਹਾ ਹੋਵੇ ਤਾਂ ਉਸ ਦੇ ਬਾਰੇ ਇਸ ਦੇ ਵਿੱਚ ਦੱਸਣਾ ਹੈ 4th ਕੁਐਸਚਨ ਹੈ Canada is an English and French speaking country are you confident of making yourself understood to the children and others in English and French jehda Canada ho oh de vich zyada tar English ya fir French jehdi oh boli jandi hai te je thonu koi gal baat kare English de vich ya French de vich ta ya bachcha is language de vich je tuhade naal gal karda ta ki tusi us de naal gal baat kar sakde ho ਫਿਫਥ ਕੁਸਚਨ ਜਿਹੜਾ ਹੈਗਾ ਉਹ ਹੈ ਜੇ ਤੁਸੀਂ ਮੈਰਿਡ ਹੋ ਤਾਂ ਤੁਹਾਨੂੰ ਪੁੱਛਿਆ ਜਾ ਸਕਦਾ ਵਟ ਆਰ ਯੂਅਰ ਹਸਬੈਂਡ ਡੂਇੰਗ ਯਾਨੀ ਕਿ ਜਿਹੜੇ ਤੁਹਾਡੇ ਹਸਬੈਂਡ ਹੈ ਉਹ ਕਿਹੜਾ ਕੰਮ ਕਰਦੇ ਨੇ ਉਹਨਾਂ ਦਾ ਕੀਤਾ ਕੀ ਹੈ ਤੇ ਜਿਹੜੀ ਤੁਹਾਡੀ ਲਾਜ਼ ਦੀ ਫੈਮਿਲੀ ਉਸ ਦੇ ਬਾਰੇ ਵੀ ਡਿਸਕਸ਼ਨ ਜਿਹੜੀ ਉਹ ਕੀਤੀ ਜਾ ਸਕਦੀ ਹੈ ਸਿਕਸ ਕੁਸਚਨ ਹੈ ਹੂ ਵੁੱਡ ਟੇਕ ਕੇਅਰ ਆਫ ਯੂਅਰ ਚਾਈਲਡ ਇਨ ਯੂਅਰ ਐਬਸੈਂਸ ਜੇ ਤੁਹਾਡੇ ਆਪਣਾ ਬੱਚਾ ਹੈ ਕੋਈ ਤਾਂ ਉਸਦੀ ਜਿਹੜੀ ਕੇਅਰ ਹੈ ਤੁਹਾਡੀ ਐਬਸੈਂਸ ਦੇ ਵਿੱਚ ਉਹ ਉਸਦੀ ਕੇਅਰ ਕੌਣ ਕਰੇਗਾ ਉਸ ਨੂੰ ਕੇਅਰ ਜਿਹੜੀ ਹੈ ਕੌਣ ਦੇਗਾ ਸੈਵਨਥ ਕੁਸਚਨ ਹੈ ਵਾਈ ਆਰ ਯੂ ਨਾਟ ਇਨਸਟੈਡ ਲੁਕਿੰਗ ਆਫਟਰ ਯੋਰ ओन ਚਿਲड्रन ਹੇਅਰ ਇਨ ਇੰਡੀਆ ਰੈਦਰ ਥੈਨ ਗੋਇੰਗ ਅਬ੍ਰੋਡ ਟੂ ਪ੍ਰੋਵਾਈਡ ਕੇਅਰ ਟੂ ਦਾ ਅਦਰ ਚਿਲड्रन ਤੁਸੀਂ ਦੂਜੇ ਦੇ ਬੱਚੇ ਦੀ ਕੇਅਰ ਨਾਲੋਂ ਬਿਹਤਰ ਤੁਸੀਂ ਇੰਡੀਆ ਵਿੱਚ ਰਹਿ ਕੇ ਆਪਣੇ ਬੱਚੇ ਦੀ ਕੇਅਰ ਕਿਉਂ ਨਹੀਂ ਕਰਦੇ ਤਾਂ ਜੇ ਤੁਹਾਡੇ ਆਪਣੇ ਕੋਈ ਬੱਚਾ ਹੈ ਤਾਂ ਇਹ ਸਵਾਲ ਤੁਹਾਨੂੰ ਪੁੱਛਿਆ ਜਾ ਸਕਦਾ ਹੈ 8th question jada hai if your employer or any other member of his family harasses or abuses you what would you do ਜੇ ਤੁਹਾਨੂੰ ਕੋਈ ਏਮਪਲੋਇਰ ਜਾਂ ਏਮਪਲੋਇਰ ਦਾ ਫੈਮਿਲੀ ਮੈਂਬਰ ਤੰਗ ਕਰਦਾ ਹੈ ਤਾਂ ਤੁਸੀਂ ਉਸ ਕੰਡੀਸ਼ਨ ਦੇ ਵਿੱਚ ਕੀ ਕਰੋਗੇ 9th ਕੁਐਸਚਨ ਹੈ ਇਫ ਯੂ ਆਰ ਆਊਟ ਆਫ ਵਰਕ ਫਾਰ ਐਨੀ ਰੀਜ਼ਨ ਵਾਟ ਯੂ ਵਾਟ ਊਡ ਯੂ ਡੂ ਜੇ ਤੁਹਾਨੂੰ ਕਿਸੇ ਕਾਰਨ ਤੁਹਾਨੂੰ ਕੱਢ ਦਿੱਤਾ ਜਾਂਦਾ ਕੰਮ ਤੋਂ ਤਾਂ ਉਸ ਕੰਡੀਸ਼ਨ ਦੇ ਵਿੱਚ ਤੁਸੀਂ ਕੀ ਕਰੋਗੇ 10th ਕੁਐਸਚਨ ਹੈ ਵਟ ਆਰ ਯੂਅਰ ਪਲਾਨਸ ਫਾਰ ਫਿਊਚਰ ਤਾਂ ਤੁਹਾਡਾ ਜਿਹੜਾ ਭਵਿੱਖ ਤੁਹਾਡੇ ਭਵਿੱਖ ਦੇ ਲਈ ਤੁਹਾਡੀ ਫਿਊਚਰ ਪਲੈਨਿੰਗ ਜਿਹੜੀ ਹੈਗੀ ਹੈ ਉਹ ਪਲੈਨਿੰਗ ਦੇ ਬਾਰੇ ਤੁਸੀਂ ਆਪਣਾ ਦੱਸਣਾ ਹੈ 11th ਕੁਐਸਚਨ ਹੈ ਵੁੱਡ ਯੂ ਲਾਈਕ ਟੂ ਸੈਟਲ ਇਨ ਕੈਨੇਡਾ ਕੀ ਤੁਸੀਂ ਕੈਨੇਡਾ ਦੇ ਵਿੱਚ ਹਮੇਸ਼ਾ ਦੇ ਲਈ ਸੈਟਲ ਹੋਣਾ ਚਾਹੁੰਦੇ ਹੋ ਸੈਟਲਮੈਂਟ ਜਿਹੜੀ ਆਪਣੀ ਉਹ ਕਰਨਾ ਚਾਹੁੰਦੇ ਹੋ ਕੈਨੇਡਾ ਦੇ ਵਿੱਚ 12th ਕੁਐਸਚਨ ਜਿਹੜਾ ਤੁਹਾਨੂੰ ਪੁੱਛਿਆ ਜਾ ਸਕਦਾ ਹੈ ਆਰ ਯੂਰ ਪੇਰੈਂਟਸ ਐਗਰੀ ਟੂ ਇਟ ਅਗਰ ਤੁਸੀਂ ਕੈਨੇਡਾ ਦਾ ਵਿੱਚ ਕੈਨੇਡਾ ਦੇ ਵਿੱਚ ਸੈਟਲ ਹੋਣਾ ਚਾਹੁੰਦੇ ਹੋ ਤਾਂ ਕੀ ਤੁਹਾਡੇ ਪੇਰੈਂਟਸ ਇਸ ਦੇ ਲਈ ਤਿਆਰ ਨੇ 13th ਕੁਐਸਚਨ ਜਿਹੜਾ ਹੈ 13 ਨੰਬਰ ਤੇ ਹੋਇਆ ਹੈ ਵਾਈ ਡੂ ਯੂ ਵਾਂਟ ਟੂ ਸੈਟਲ ਇਨ ਕੈਨੇਡਾ ਯਾਨੀ ਕਿ ਤੁਸੀਂ ਜੇ ਕੈਨੇਡਾ ਦੇ ਵਿੱਚ ਸੈਟਲ ਹੋਣਾ ਚਾਹੁੰਦੇ ਹੋ ਤਾਂ ਉਹਦੇ ਪਿੱਛੇ ਕੀ ਰੀਜ਼ਨ ਹੈ ਤੁਸੀਂ ਕੈਨੇਡਾ ਦੇ ਵਿੱਚ ਜਾ ਕੇ ਕਿਉਂ ਸੈਟਲ ਹੋਣਾ ਚਾਹੁੰਦੇ ਹੋ ਤਾਂ ਦੋਸਤੋ ਜੇ ਤੁਸੀਂ ਏ ਕੁਐਸਚਨ ਆਨਸਰਸ ਜਿਹੜੇ ਮੈਂ ਤੁਹਾਨੂੰ ਕੁਐਸਚਨਸ ਦੱਸੇ ਨੇ ਇੰਟਰਵਿਊ ਦੇ ਵਿੱਚ ਪੁੱਛੇ ਜਾ ਸਕਦੇ ਨੇ ਜੇ ਤੁਸੀਂ ਨੈਨੀ ਦਾ ਕੋਰਸ ਕੀਤਾ ਹੈ ਤੇ ਇੰਟਰਵਿਊ ਦੇ ਲਈ ਤੁਸੀਂ ਪ੍ਰੈਪਰੇਸ਼ਨ ਕਰਨਾ ਚਾਹੁੰਦੇ ਹੋ ਤਾਂ ਇਸ ਦੇ ਲਈ ਅਸੀਂ ਤੁਹਾਨੂੰ 6 ਡੇਸ ਦਾ ਪੈਕੇਜ ਦਿੰਨੇ ਆ ਜਿਸ ਦੀ ਫੀਸ ਹੈ মাত্র ₹10000 ਤਾਂ ₹10000 ਦੇ ਵਿੱਚ ਤੁਸੀਂ 6 ਡੇਜ਼ ਦਾ ਪੈਕੇਜ ਲੈ ਕੇ ਆਪਣੇ ਇੰਟਰਵਿਊ ਦੀ ਨੈਨੀ ਇੰਟਰਵਿਊ ਦੀ ਵਿੱਚ ਪੁੱਛੇ ਜਾਣ ਵਾਲੇ ਕੁਐਸਚਨਜ਼ ਦੀ ਪ੍ਰੈਪਰੇਸ਼ਨ ਜਿਹੜੀ ਆ ਉਹ ਕਰ ਸਕਦੇ ਹੋ ਉਸ ਦੇ ਲਈ ਸਾਡੇ WhatsApp ਤੇ ਹੀ ਸੰਪਰਕ ਕਰੋ ਸਾਡਾ WhatsApp ਨੰਬਰ ਹੈ 9872468540 ਅਤੇ ਦੂਸਰਾ ਨੰਬਰ ਹੈ 9592649009 ਤਾਂ ਜੇ ਵੀਡੀਓ ਚੰਗੀ ਲੱਗੀ ਹੋਵੇ ਤਾਂ ਵੀਡੀਓ ਨੂੰ ਲਾਈਕ ਕਰਨਾ ਸ਼ੇਅਰ ਕਰਨਾ ਅਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਨਾ ਥੈਂਕ ਯੂ